ਜੀ, ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਟੂ ਮਾਈ ਨਿਊ ਵਲੋਗ। ਅੱਜ ਮੰਮੀ ਨੇ ਸਵੇਰੇ ਸਵੇਰੇ ਉੱਠ ਕੇ ਸਾਰਾ ਫਰਸ਼ ਧੋਤਾ। ਸਵੇਰੇ ਸਵੇਰੇ ਉੱਠ ਗਏ ਸੀਗੇ, ਪਹਿਲਾਂ ਤਾਂ ਉਠਾਇਆ ਨਹੀਂ, ਪਿੱਜ ਸੁੱਤੇ ਪਏ ਸੀ ਉਦੋਂ, ਅਤੇ ਮੰਮੀ ਹੁਣ ਅੰਦਰ ਗਰਮੀ ਨਾਲ ਪਿੱਜੇ ਹੋਏ ਸਾਰੇ, ਅਤੇ ਸਵੇਰ ਦੀ ਚਾਹ ਪੀਤੀ ਜਾਂਦੇ ਨੇ। ਆਪਾਂ ਵੀ ਚਲਦੇ, ਆਪਾਂ ਵੀ ਪੀਂਦੇ ਹਾਂ। ਫਿਰ ਤਾਂ ਸਾਡੀ ਲਗਭਗ ਰਸੋਈ ਤਿਆਰ ਹੋ ਹੀ ਗਈ ਹੈ, ਬੋਰਡ ਲੱਗਣੇ ਬਾਕੀ ਹੈਗੇ ਨੇ। ਆਹ ਦੇਖੋ, ਉੱਧਰ ਬੋਰਡ ਲੱਗਣਾ ਬਾਕੀ ਹੈ ਇੱਕ, ਇੱਧਰ ਦਰਵਾਜ਼ੇ ਦੇ ਪਿੱਛੇ ਵੀ, ਇੱਥੇ ਵੀ ਲੱਗੂਗਾ ਇੱਕ। ਸਾਡੀ ਆਹ ਚੀਜ਼ ਲੱਗ ਗਈ ਹੁਣ। ਜੀ, ਮੰਮੀ ਨੇ ਮਿਰਚਾਂ ਬਣਾਉਣ ਵਾਸਤੇ ਬੋਲਿਆ ਸੀ, ਬਾਲਾ ਆ ਗਿਆ, ਪਤਾ ਹੀ ਨਹੀਂ ਚੱਲਿਆ ਮੈਨੂੰ। ਆਹ ਦੇਖੋ, ਸਾਡੀ ਚਾਹ ਰੈਡੀ, ਹੁਣ ਅਸੀਂ ਪੀਵਾਂਗੇ, ਖਾਵਾਂਗੇ, ਮਟਰ ਖਾਵਾਂਗੇ, ਚਾਹ ਪੀਵਾਂਗੇ। ਉੱਪਰ ਕਿਉਂ ਆਈ ਜਾਂਦੀ ਹੈ? ਆਹ ਦੇਖੋ, ਉੱਪਰ ਆਈ ਜਾਂਦੀ ਹੈ, ਮੈਂ ਤਾਂ ਕੁਛ ਕੀਤੀ ਵੀ ਨਹੀਂ ਆਉਂਦੀ, ਮੱਠਾ ਪਿਆ ਗੈਸ ਤੋਂ, ਜਿਵੇਂ ਸ਼ੈਤਾਨ ਹੁੰਦੀ ਪਈ ਜਾਵੇ। ਆਹ ਦੇਖੋ, ਥੱਲੇ ਡਿੱਗੀ ਮੈਨੂੰ ਤਾਂ ਲੱਗਦਾ। ਇਹਦੇ ਨਵਦੀਪ ਆਪਣੇ ਵਾਸਤੇ ਬਣਾ ਕੇ ਲਿਆਈ ਸੀ ਚਾਹ, ਅਤੇ ਨਾਲ ਖਾਓ ਸੀ ਮਟਰ। ਉਦੋਂ ਵੀਡੀਓ ਬਣਾਉਂਦੇ ਬਣਾਉਂਦੇ ਇਹਦੀ ਉਂਗਲ ਪੈ ਗਈ ਚਾਹ ਵਿੱਚ, ਦਿਖਾਈ ਉਂਗਲ। ਓਏ, ਕਿਵੇਂ ਉਡਾਇਆ ਫੋਨ! ਓ ਜੀ, ਵੀਰੇ ਜੀ ਇੱਥੇ ਸਾਫ਼ ਸਫਾਈ ਕਰਦੇ ਪਏ ਨੇ ਟੈਲਾਂ ਦੀ, ਤੇਜ਼ਾਬ ਨਾਲ ਕੱਪੜਾ ਮਰੀ ਜਾਂਦੇ ਨੇ ਉਹਨਾਂ 'ਤੇ। ਨਿੱਚੂ ਨਹੀਂ ਤਾਂ ਹੋ ਗਈ ਸਾਰੀ, ਸਾਰੇ ਧੱਬੇ 'ਚ ਲੱਗੇ ਹੋਏ ਸੀ। ਮੰਮੀ ਵੀ ਇੱਥੇ ਲੱਗੇ ਹੋਏ ਨੇ ਕੰਮ ਕਰਨ ਵਾਸਤੇ। ਮੰਮੀ ਵੀ ਹੁਣ ਚਾਲੂ ਹੋ ਗਏ ਟੈਲਾਂ ਸਾਫ਼ ਕਰਨ ਵਾਸਤੇ, ਤੇਜ਼ਾਬ ਲਾਈ ਜਾਂਦੇ ਨੇ ਅਤੇ ਕਿਸੇ ਜਾਂਦੇ ਨੇ ਉਹਨਾਂ ਦੇ ਉੱਪਰ। ਹੈਲੋ, ਤੂੰ ਪੂਰੀ ਤੋਂ ਉੱਤੇ ਪਹੁੰਚਦੀ ਨਹੀਂ, ਕੋਈ ਨਹੀਂ ਕੋਈ ਨੀ, ਮੈਂ ਲੰਮੀ ਜਾਵਾਂਗੀ, ਠੀਕ ਹੈ? ਚਲੋ ਹੁਣ ਆਪਾਂ ਚਾਲੂ ਚੱਕਦੇ ਹਾਂ, ਹੁਣ ਚਾਲੂ ਲਾਉਣੇ ਆਪਾਂ ਨੇ, ਗੰਦਗੀ ਹੋਈ ਪਈ ਹੈ ਤਾਂ ਚਾਲੂ ਲਾਵਾਂਗੇ ਆਪਾਂ ਜਲਦੀ ਜਲਦੀ ਲਾ ਕੇ, ਫਿਰ ਪਾਸੇ ਕਰਾਂਗੇ, ਫਿਰ ਆਪਾਂ ਲੇਟਾਂਗੇ, ਖਾਵਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਅਤੇ ਤੁਹਾਨੂੰ ਇੱਕ ਨਵੀਂ ਚੀਜ਼ ਵਿਖਾਉਣੇ ਆ, ਅਸੀਂ ਵਿਖਾਇਆ ਬਣਾਇਆ। ਵਾਸ਼ ਵਿੱਚ ਕਿੱਧਰ ਗਈ? ਦਿਖਦੀ ਵੀ ਹੋਵੇਗੀ, ਆ ਦੇਖੋ ਛਿਪਕਲੀ ਦਾ ਬੱਚਾ ਸੀ, ਛੋਟਾ ਜਿਹਾ ਮੂੰਹ ਹੱਥ ਧੋ ਕੇ ਜਾਂਦਾ ਰਿਹਾ, ਠੀਕ ਹੈ ਜੀ, ਉਹਨੂੰ ਵਧੀਆ ਲੱਗਿਆ ਹੋਣਾ ਤਾਂ ਹੀ ਹੈ। ਮੂੰਹ ਧੋਣ ਆਇਆ ਸੀ ਤੇ ਆ ਕੇ ਥੱਲੇ ਚਲਾ ਗਿਆ। ਆਈ ਸੀ ਛਿਪਕਲੀ ਵਾਪਸ, ਕਿਸ ਦਿਨ ਇਹ ਨਾ ਹੋਵੇ ਕਦੇ ਸੱਪ ਨਾ ਮੂੰਹ ਧੋਣ ਆ ਜਾਵੇ ਉੱਥੇ। ਠੀਕ ਹੈ ਜੀ। ਹਾਂਜੀ, ਅਸੀਂ ਜਾ ਰਹੇ ਹਾਂ ਜੀ ਗੁਰਦੁਆਰੇ ਮੱਥਾ ਟੇਕਣ, ਅਤੇ ਗੁਰਦੁਆਰੇ ਦੇ ਅੰਦਰ ਤਾਂ ਅਲਾਊਡ ਹੈ ਨਹੀਂ ਵੀਡੀਓ ਬਣਾਉਣੀ, ਚਲੋ ਅਸੀਂ ਜਾ ਰਹੇ ਹਾਂ ਹੁਣ। ਤਿਆਰ ਹੋਈ ਖੜੀ ਆ ਮਾਵਾਂ ਧੀਆਂ, ਦੋਵੇਂ ਤਿਆਰ ਹੋ ਰਹੀਆਂ ਨੇ। ਆ ਲੈ, ਏ ਸੀ ਵਾਲੀ ਗੱਡੀ ਲਵਾਂਗਾ, ਤੁਹਾਨੂੰ ਗੱਡੀ 'ਚ ਬਿਠਾ ਕੇ ਲਿਆ ਕਰਾਂਗਾ ਫਿਰ ਮੈਂ, ਠੀਕ ਹੈ? ਅਸੀਂ ਆ ਗਏ ਗੁਰਦੁਆਰਾ ਸਾਹਿਬ, ਹਾਂ, ਡੇਰਾ ਬਾਬਾ ਬੁੱਲਾ ਸ਼ਾਹ ਜੀ,
ਮੱਥਾ ਟੇਕ ਕੇ ਆਵਾਂ। ਗੁਰੂ ਗ੍ਰੰਥ ਸਾਹਿਬ ਜੀ ਨੇ ਵਾਹਿਗੁਰੂ। ਅਸੀਂ ਪਹੁੰਚ ਤਾਂ ਗਏ, ਹੁਣ ਡੈਡੀ ਪ੍ਰਸ਼ਾਦ ਲੈਣ ਗਏ ਨੇ, ਭੁੱਲ ਹੀ ਗਏ ਸੀ ਪ੍ਰਸ਼ਾਦ ਲਿਆਉਣਾ, ਸਾਡਾ ਵੀ ਦਿਮਾਗ ਨਹੀਂ ਚੱਲੀ ਜਾਂਦਾ ਸੀਗਾ। ਆ ਦੇਖੋ ਮੱਝਾਂ, ਇੱਕ ਹੋਰੀ ਇੱਕ ਆਰੀ। ਇੱਧਰ ਅਸੀਂ ਪੇੜ ਦੀ ਛਾਂ 'ਤੇ ਖੜ੍ਹੇ ਹੋਏ ਹਾਂ, ਇੱਧਰ ਠੰਡੀ ਠੰਡੀ ਹਵਾ ਚੱਲੀ ਜਾਂਦੀ ਹੈ ਨਾ ਮੰਮੀ। ਹੁਣ ਬਸ ਡੈਡੀ ਆ ਗਏ, ਫਿਰ ਚੱਲਾਂਗੇ। ਇੱਧਰ ਠੰਡੀ ਠੰਡੀ ਹਵਾ ਚੱਲੀ ਜਾਂਦੀ ਹੈ, ਵੜ ਗਈ ਬਾਰਿਆਂ ਦੀ। ਸੱਪ ਸੱਪ ਤਾਂ ਨਹੀਂ ਆਏ ਹੁੰਦੇ? ਸੱਪ ਤਾਂ ਕਿੱਥੋਂ ਆਏ? ਆ ਦੇਖੀਓ ਇੱਥੇ ਹਰਿਆਲੀ ਤਾਂ ਹੈਗੀ ਹੈ। ਆ ਗਏ ਡੈਡੀ? ਨਹੀਂ ਆਉਂਦੇ ਡੈਡੀ, ਆਉਣ ਗਏ। ਸਕੂਟਰੀ ਦੀ ਆਵਾਜ਼ ਤਾਂ ਆਈ ਸੀ ਮੈਨੂੰ, ਉਹ ਆ ਗਏ। ਉਹ ਦੇਖੋ ਆ ਗਏ ਡੈਡੀ ਜੀ, ਆਉਂਦੇ ਪਏ, ਪ੍ਰਸ਼ਾਦ ਲੈ ਆਏ ਡੈਡੀ। ਹੁਣ ਲੈ ਕੇ ਆਏ ਨੇ ਡੈਡੀ ਪ੍ਰਸ਼ਾਦ, ਫਿਰ ਅਸੀਂ ਜਾਵਾਂਗੇ ਮੱਥਾ ਟੇਕ ਕੇ ਆਵਾਂਗੇ। ਵੈਸੇ ਅੰਦਰ ਅਲਾਊਡ ਨਹੀਂ ਹੈਗਾ, ਮੋਬਾਈਲ ਲੈ ਕੇ ਵੀ ਨਹੀਂ ਜਾਣਾ ਅਸੀਂ। ਆ ਗਏ ਡੈਡੀ। ਮੈਨੂੰ ਇੱਥੇ ਬਾਈਪਾਸ ਤੇ ਰੁਕੇ ਨੂੰ ਹੋ ਗਿਆ ਅੱਧਾ ਪੌਣਾ ਘੰਟਾ ਹੋ ਗਿਆ, ਅਜੇ ਤੱਕ ਆਏ ਨੀ ਮੱਥਾ ਟੇਕਣ ਗਏ ਅੰਦਰ। ਚਲੋ ਖੜੇ ਆ ਜਿੰਨਾ ਚਿਰ ਨਹੀਂ ਆਉਂਦੇ। ਅੱਛਾ ਹਰੀ ਹਰੀ ਘਾਹ ਕਿੰਨੀ ਵਧੀਆ, ਠੀਕ ਹੈ ਜੀ। ਬਾਈਪਾਸ ਧਵਾਣਾ ਰੋਡ ਦੀ ਭਾਜੀ ਹੈ, ਅਤੇ ਮੈਂ ਉਹਨਾਂ ਨਾਲ ਕਹਾਂਗਾ ਵੀ ਤੇਰੇ ਵਾਸਤੇ ਚਿਪਸ ਬਚਾ ਕੇ ਰੱਖੀ ਹੈ, ਠੀਕ ਹੈ। ਪੈਕਟ ਹੈਗਾ ਖਾਲੀ ਹੈ, ਵੇਖਦੇ ਕੀ ਰਿਐਕਸ਼ਨ ਆਉਂਦਾ। ਉਹ ਆਉਂਦੇ ਪਏ ਨੇ ਰੋਡ ਕ੍ਰੋਸ ਕਰਕੇ। ਚਲੋ ਚੱਲੀ ਹੁਣ ਚੱਲੀਏ। ਨਵਦੀਪ ਨਾਲ ਹੋ ਗਿਆ ਫਰੈਂਕ, ਨਵਦੀਪ ਨੂੰ ਖਾਲੀ ਫਰੈਂਕ ਜਿਹੜਾ ਵੀ ਕੁਛ ਹੁੰਦਾ। ਭੱਜ ਕੇ ਬੜੇ ਪੈਕਟ ਤਾਂ ਭੱਜ ਕੇ ਬੜਾ ਸੀ ਤੂੰ, ਪੈਕਟ ਤਾਂ ਭੱਜ ਕੇ ਬੜਿਆ ਸੀ ਵੀ ਹੁਣ ਖਾਵਾਂਗੀ। ਚਲੋ ਠੀਕ ਹੈ ਜੀ, ਹੁਣ ਆਪਾਂ ਚੱਲਦੇ ਹਾਂ ਘਰੇ। ਹਾਂਜੀ ਅਸੀਂ ਘਰੇ ਆਏ ਸੀਗੇ, ਘਰੇ ਆਉਂਦੇ ਹੀ ਮੰਮੀ ਆਟਾ ਗੁੰਨਣ ਲੱਗ ਗਈ। ਗੁੰਨ ਲੈ ਇੰਨੀ ਛੇਤੀ, ਪਹਿਲੇ ਵਾ ਗੁਣੀਜਦਾ ਸੀਗਾ, ਅੱਜ ਥੋੜਾ ਗੁਣੀਜਿਆ। ਫਿਰ ਵੀ ਅੱਜ ਮਿਸਤਰੀ ਨਹੀਂ ਆਏ, ਹਾਂ ਮਿਸਤਰੀ ਨਹੀਂ ਸੀ ਘੜ ਲੱਗਿਆ, ਸਾਰੇ ਆਪੋ ਆਪਦੇ, ਕਿਉਂਕਿ ਮੈਂ ਵੀ ਥੱਕੀ ਪਈ ਹਾਂ, ਮਿਸਤਰੀ ਵੀ ਥੱਕ ਗਏ ਨੇ। ਹਾਂ ਚਲੋ ਹੁਣ ਮੰਮੀ ਨੂੰ ਅੱਜ ਥੋੜ੍ਹੇ ਜਿਹੇ ਰੈਸਟ ਮਿਲਿਆ ਹੀ ਹੋਣਾ ਹੈ ਮੰਮੀ। ਉਹ ਰੈਸਟ ਮੈਨੂੰ ਤਾਂ ਰੈਸਟ ਮਿਲਿਆਗਾ ਬਈ, ਲੈ ਇੰਨੀ ਤਾਂ ਚਾਹ ਬਣਾਉਂਦੇ ਸੀ ਤੁਸੀਂ ਫਿਰ। ਅੱਛਾ ਬਾਈ ਚਲੋ ਠੀਕ ਹੈ, ਰੈਸਟ ਹੀ ਰੈਸਟ ਹੈ, ਘਰ ਤਿਆਰ ਹੋ ਜੂਗਾ, ਰੈਸਟ ਹੈ ਜੀ। ਇੱਥੇ ਸ਼ਾਮ ਦੀ ਚਾਏ ਪੀਤੀ ਜਾ ਰਹੀ ਹੈ ਜਿਹੜੀ ਕਿ ਮੈਂ ਬਣਾਈ ਸੀ। ਥੋੜੀ ਜ਼ਿਆਦਾ ਹੈਗੀ ਹੈ, ਵਧੀਆ ਬਣੀ ਹੈ, ਮੈਂ ਤਾਂ ਪੀਤੀ ਸੀਗੀ। ਤੂੰ ਤਾਂ ਪੀਣੀ ਨਹੀਂ, ਤੇਰੀ ਬਣੀ ਹੋਈ ਸੀ। ਮੇਰੀ ਨਹੀਂ ਬਣੀ ਹੋਈ ਸੀਗੀ, ਠੀਕ ਹੈ ਨਾ। ਆ ਦੇਖ ਲੋ ਜੂਸ
ਦਿੱਕਤ ਪਤਾ ਨਹੀਂ ਕੀ ਹੈ ਹਜੇ ਮੈਂ ਕਿੰਨੇ ਹੁਣ ਕੀ ਕਹਾਂ ਮੈਂ ਕੀ ਬੋਲਦਾ ਮੰਮੀ ਜੀ ਇੱਥੇ ਕੰਮ ਕਰਦੇ ਪਏ ਨੇ ਛੋਲੇ ਦੀ ਸਬਜ਼ੀ ਤਰੀ ਹੈ ਅਤੇ ਆਟੇ ਦੀ ਕੀ ਹੈ ਪੇਟੀ ਵੀ ਭਰਤੀ ਵੀਰੇ ਨੇ ਭਰੀ ਸੀ ਮੰਮੀ ਨੇ ਪਤਾ ਨਹੀਂ ਕਿਵੇਂ ਚੱਕ ਲਈ ਇੰਨੀ ਭਾਰੀ ਹੈਗੀ ਸੀ ਉਹ ਮੈਂ ਤਾਂ ਕੰਮ ਕਰ ਲਈ ਥੱਕ ਵੈਸੇ ਕੰਮ ਕੀਤਾ ਕੀ ਹੈ ਮੈਂ ਇੱਕ ਪਾਂਡਾ ਹੀ ਦੁੱਧ ਸੀਗੇ ਬਸ ਫਿਰ ਵੀ ਇੰਨਾ ਪਸੀਨਾ ਆ ਗਿਆ ਬਾਹਰ ਤਾਂ ਗਰਮੀ ਬੜੀ ਹੈ ਅੰਦਰ ਜਾ ਕੇ ਬੈਠੀ ਸੀ ਫਿਰ ਵੀ ਮੈਂ ਮੰਮੀ ਕੰਮ ਕਰ ਲੈਂਦੇ ਨੇ ਸਾਰਾ ਉੱਥੇ ਹੁਣ ਫਿਰ ਆਟਾ ਭੁੰਨਣਗੇ ਫਿਰ ਆਪਾਂ ਰੋਟੀ ਖਾਵਾਂਗੇ ਮੈਨੂੰ ਬੋਲ ਸੀ ਮੈਂ ਚਾਵਲ ਬਣਾ ਦਿਉ ਪਰ ਉਹ ਮੇਰੇ ਛੋਲੇ ਨੂੰ ਸਬਜ਼ੀ ਤਰਤੀ ਫਿਲਹਾਲ ਅਸੀਂ ਕਰਨ ਲੱਗੇ ਹਾਂ ਡਿਨਰ ਜਿਹਦੇ ਵਿੱਚ ਬਣੇ ਹੈ ਛੋਲਿਆਂ ਦੀ ਸਬਜ਼ੀ ਜਿਹਦੇ 'ਚ ਵਧਾਈ ਥੋੜ੍ਹੀ ਜਿਹੀ ਠੂਸ ਰੱਖੀ ਹੈ ਅਤੇ ਰੋਟੀ ਹੁਣ ਖਾ ਕੇ ਫਿਰ ਦੇਖਦੇ ਹਾਂ ਕੀ ਕਰਦੇ ਹਾਂ ਉਹ ਲੋਕ ਅਜੈਂਡ ਹੀ ਕਰਨ ਲੱਗੇ ਉਸ ਤੋਂ ਬਾਅਦ ਕੁਛ ਕਰਾਂਗੇ ਆਪਾਂ ਉਸ ਮਜ਼ੇਦਾਰ ਪ੍ਰੈਂਕ ਡੈਡੀ ਨਾਲ ਡੈਡੀ ਨੇ ਮੇਰੇ ਨਾਲ ਕੀਤਾ ਸੀਗਾ ਨਾ ਅਸੀਂ ਡੈਡੀ ਨਾਲ ਕਰਾਂਗੇ ਆਪਾਂ ਠੀਕ ਹੈ ਦੇਖਦੇ ਹਾਂ ਕੁਛ ਜੇ ਲੱਭ ਜਾ ਕੁਛ ਐਵੇਂ ਜਿਹਾ ਮੈਂ ਸਵੇਰੇ ਰੋਟੀ ਸਬਜ਼ੀ ਨਾਲ ਕੁਛ ਕਰਦੀ ਹਾਂ ਹਾਂਜੀ ਹੁਣ ਖਾਣਾ ਪੀਣਾ ਸਾਡਾ ਹੋ ਚੁੱਕਿਆ ਅਤੇ ਹੁਣ ਆਪਾਂ ਇਸ ਵਲੋਗ ਨੂੰ ਐਂਡ ਕਰਨ ਲੱਗੇ ਹਾਂ ਜੇ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਲਾਈਕ ਕਰਿਓ ਚੈਨਲ 'ਤੇ ਨਵੇਂ ਸਬਸਕ੍ਰਾਈਬ ਕਰਿਓ ਮਿਲਦੇ ਜਲਦੀ ਨੈਕਸਟ ਵਲੋਗ 'ਚ ਥੈਂਕ ਯੂ ਸੋ ਮਚ ਫੋਰ ਵਾਚਿੰਗ ਬਾਏ